ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗੁਨ ਤੇ ਹਾਜ਼ਰੀ ਨਾਲ ਲੈ ਕੇ ਪ੍ਰੋਗਰਾਮ ਸਵੇਰਾ ਓਟੀਟੀ ਜਿਸ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਹੜੀ ਫਿਲਮ ਕਿਹੜੇ ਓਟੀਟੀ ਪਲੇਟਫਾਰਮ ਤੇ ਕਿਸ ਦਿਨ ਰਿਲੀਜ਼ ਹੋਣ ਜਾ ਰਹੀ ਹੈ ਤੇ ਫਿਲਮ ਕਿਵੇਂ ਦੀ ਹੋਏਗੀ ਉਸ ਬਾਬਤ ਵੀ ਜ਼ਰੂਰ ਤੁਹਾਨੂੰ ਦੱਸਾਂਗੇ ਟ੍ਰੇਲਰ ਦੀਆਂ ਵੀ ਜ਼ਰੂਰ ਗੱਲਾਂ ਕਰਾਂਗੇ ਕੱਲ ਯਾਨੀ 12 ਅਪ੍ਰੈਲ ਨੂੰ ਅਮਰ ਸਿੰਘ ਚਮਕੀਲਾ ਨੈੱਟਫਲਿਕਸ ਤੇ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਹਿੰਦੀ ਦੇ ਵਿੱਚ ਇਹ ਫਿਲਮ ਹੋਏਗੀ ਮਸ਼ਹੂਰ ਪੰਜਾਬੀ ਦੋਗਾਨਾ ਜੋੜੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਦੀ ਜ਼ਿੰਦਗੀ ਤੇ ਆਧਾਰਿਤ ਇਹ ਫਿਲਮ ਹੋਏਗੀ ਬੀਤੇ ਦਿਨੀ ਹੀ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਸੀਗਾ ਇਹ ਫਿਲਮ ਡਾਇਰੈਕਟ ਕੀਤੀ ਗਈ ਹੈ ਇਮਤਿਆਜ਼ ਅਲੀ ਦੇ ਵੱਲੋਂ ਤੇ ਇਸ ਫਿਲਮ ਦੇ ਮੇਨ ਲੀਡ ਤੇ ਤੁਹਾਨੂੰ ਦੇਖਣ ਨੂੰ ਮਿਲਣਗੇ ਦਿਲਜੀਤ ਦੋਸਾਂਝ ਜੋ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾ ਰਹੇ ਨੇ ਤੇ ਨਾਲ ਹੋਣਗੇ ਪਰਿਨੀਤੀ ਚੋਪੜਾ ਜੋ ਚਮਕੀਲਾ ਜੀ ਦੀ ਪਤਨੀ ਅਮਰਜੋਤ ਕੌਰ ਦੇ ਕਿਰਦਾਰ 'ਚ ਨਜ਼ਰ ਆਉਣਗੇ ਅਮਰ ਸਿੰਘ ਚਮਕੀਲਾ ਫਿਲਮ ਹਿੰਦੀ ਦੇ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈ ਇਸ ਫਿਲਮ ਦੇ ਟ੍ਰੇਲਰ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਅਮਰ ਸਿੰਘ ਚਮਕੀਲਾ ਇੱਕ ਕਾਰਖਾਨੇ ਦੀ ਨੌਕਰੀ ਕਰਦੇ ਨੇ ਤੇ ਕਿਵੇਂ ਗਾਇਕੀ ਦੇ ਵਿੱਚ ਪੈਰ ਧਰਦੇ ਨੇ ਕੀ ਕੁਝ ਮੁਸ਼ਕਲਾਂ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਦੇਖੀਆਂ ਤੇ ਕਿਵੇਂ ਉਹਨਾਂ ਦੀ ਮੁਲਾਕਾਤ ਅਮਰਜੋਤ ਕੌਰ ਦੇ ਨਾਲ ਹੁੰਦੀ ਹੈ ਤੇ ਦੁਗਾਨਾ ਜੋੜੀ ਸੁਪਰ ਹਿੱਟ ਹੋ ਜਾਂਦੀ ਹੈ ਗਾਇਕੀ 'ਚ ਇੱਕ ਉੱਚਾ ਮੁਕਾਮ ਹਾਸਲ ਕਰਨ ਵਾਲੀ ਇਹ ਦੁਗਾਨਾ ਜੋੜੀ ਜੋ ਅੱਜ ਇਸ ਦੁਨੀਆ 'ਤੇ ਨਹੀਂ ਹੈ ਪਰ ਇਹਨਾਂ ਦੀ ਪੂਰੀ ਜ਼ਿੰਦਗੀ ਇਸ ਫਿਲਮ ਦੇ ਰਾਹੀਂ ਦਰਸਾਈ ਗਈ ਹੈ ਲੋਕੇਸ਼ਨਸ ਦੀ ਗੱਲ ਕਰੀਏ ਤਾਂ ਕੁਝ ਲੋਕੇਸ਼ਨਸ ਸੇਮ ਵਰਤੀਆਂ ਗਈਆਂ ਨੇ ਜਿੱਥੇ ਚਮਕੀਲਾ ਨੇ ਆਪਣੀ ਜ਼ਿੰਦਗੀ ਦੇ ਵਿੱਚ ਲਾਈਵ ਸ਼ੋਜ਼ ਕੀਤੇ ਸੀਗੇ ਮਿਊਜ਼ਿਕ ਦੀ ਗੱਲ ਕਰੀਏ ਤਾਂ ਕੋਈ ਛੇੜਛਾੜ ਚਮਕੀਲਾ ਦੇ ਗੀਤਾਂ ਦੇ ਨਾਲ ਨਹੀਂ ਕੀਤੀ ਗਈ ਹੂ ਬਹੂ ਉਸੇ ਤਰੀਕੇ ਦੇ ਨਾਲ ਸੰਗੀਤ ਰੱਖਿਆ ਗਿਆ ਹੈ ਜਿਸ ਤਰੀਕੇ ਦੇ ਨਾਲ ਇਹ ਦੁਗਾਨਾ ਜੋੜੀ ਆਪਣੇ ਲਾਈਵ ਸ਼ੋਜ਼ ਪਰਫੋਰਮ ਕਰਿਆ ਕਰਦੀ ਸੀਗੀ ਜੋ ਸੰਗੀਤ ਉਸ ਵੇਲੇ ਵਰਤਿਆ ਜਾਂਦਾ ਸੀਗਾ ਉਸੇ ਤਰੀਕੇ ਦੇ ਨਾਲ ਇਸ ਫਿਲਮ ਦੇ ਵਿੱਚ ਸੰਗੀਤ ਰੱਖਿਆ ਗਿਆ ਹੈ ਤੇ ਹੁਣ ਕੱਲ੍ਹ ਇਹ ਫਿਲਮ ਵਿਊਅਰਸ ਨੂੰ ਕਿਵੇਂ ਦੀ ਲੱਗਦੀ ਹੈ ਇਹ ਦੇਖਣਾ ਬਾਕੀ ਹੋਏਗਾ ਤੇ ਅਸੀਂ ਵੀ ਇਸ ਫਿਲਮ ਦੇ ਰਿਵਿਊ ਦੇ ਨਾਲ ਜ਼ਰੂਰ ਹਾਜ਼ਰ ਹੋਵਾਂਗੇ ਤੇ ਸਾਡੇ ਵੱਲੋਂ ਇਸ ਫਿਲਮ ਦੇ ਟ੍ਰੇਲਰ ਨੂੰ ਦਿੱਤੇ ਜਾ ਰਹੇ ਨੇ 5 ਵਿੱਚੋਂ 3 ਸਟਾਰ ਅਗਲੀ ਵਾਰ ਇੱਕ ਨਵੀਂ ਫਿਲਮ ਦੇ ਟ੍ਰੇਲਰ ਦੇ ਨਾਲ ਜਾਂ ਨਵੀਂ ਫਿਲਮ ਦੇ ਰਿਵਿਊ ਦੇ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ